ਸਾਹਿਬਾਂ ਕੋਲੋਂ ਪਾਤਸ਼ਾਹ ਜੀ ਕੋਲੋਂ ਸੁਣਿਆ ਬਚਨ ਟੇਪ ਚ। ਜਦੋਂ ਅੰਗਰੇਜ਼ ਫੜਨ ਆਏ ਸਾਹਿਬ ਬਾਰਵੇਂ ਜਾਮੇ ਨੂੰ, ਉਹਨਾਂ ਕੋਲੋਂ ਬਚਨ ਨਿਕਲਿਆ, ਸਾਨੂੰ ਕਿਉਂ ਫੜਦੇ ਹੋ, ਕਿਉਂ ਫੜਨ ਆਏ ਹੋ? ਕਹਿੰਦੇ ਜਿਹਨੂੰ ਤੁਸੀਂ ਨਾਮ ਦਿੰਦੇ ਹੋ ਉਹ ਮਰਨ ਤੋਂ ਨਹੀਂ ਡਰਦਾ, ਇਸ ਲਈ ਤੁਹਾਨੂੰ ਫੜਨ ਲਾਏ ਆ। ਕਹਿੰਦੇ ਨੇ ਮੈਂ ਸੂਬੇ ਥਾਪ ਜਾਵਾਂਗਾ, ਜਿਹੜਾ ਮੇਰੀ ਰਸਨਾ ਦਾ ਨਾਮ ਹੋਏਗਾ ਉਹ ਉਹਨਾਂ ਦਾ ਨਾਮ ਹੋਏਗਾ ਜਿਹੜੇ ਉਹ ਦੇਣਗੇ। ਅੰਗਰੇਜ਼ ਕਹਿੰਦੇ ਨੇ ਅਸੀਂ ਉਹਨਾਂ ਨੂੰ ਫੜ ਲਾਂਗੇ। ਸਾਹਿਬ ਫਰਮਾਉਂਦੇ ਨੇ ਉਹ ਪਾਰਟੀ ਕੱਛ ਵਾਲਾ ਸਿੱਖ ਜਿਹੜਾ ਨਾਮ ਦੇਗਾ ਉਹ ਮੇਰੀ ਰਸਨਾ ਦਾ ਨਾਮ ਹੋਏਗਾ। ਅੰਗਰੇਜ਼ ਕਹਿੰਦੇ ਨੇ ਅਸੀਂ ਉਹਨਾਂ ਨੂੰ ਵੀ ਫੜ ਲਾਂਗੇ। ਸਾਹਿਬ ਕਿਲੇ ਵਾਲਿਆਂ ਦਾ ਬੋਲਾ ਐ ਜੋਸ਼ ਭਰਿਆ। ਸਾਹਿਬ ਸਤਿਗੁਰ ਫਰਮਾਉਂਦੇ ਨੇ ਮੈਂ ਘਰ ਘਰ ਰਾਮ ਸਿੰਘ ਕਰ ਦਿਆਂਗਾ, ਮੈਂ ਘਰ ਘਰ ਰਾਮ ਸਿੰਘ ਕਰ ਦਿਆਂਗਾ। ਓ ਮੇਰੇ ਚੀਨੀ ਵਾਲੇ ਪਾਤਸ਼ਾਹ ਮਨ ਮੋਹਣ ਸਤਿਗੁਰ ਪਿਆਰੇ, ਚੀਨੀ ਵਾਲੇ ਪਾਤਸ਼ਾਹ ਮਨ ਮੋਹਣ ਸਤਿਗੁਰ ਪਿਆਰੇ, ਓ ਚੀਨੀ ਵਾਲੇ ਪਾਤਸ਼ਾਹ ਮਨ ਮੋਹਣ ਸਤਿਗੁਰ ਪਿਆਰੇ, ਚੀਨੀ ਵਾਲੇ ਪਾਤਸ਼ਾਹ ਮਨ ਮੋਹਣ ਸਤਿਗੁਰ ਪਿਆਰੇ ਪਿਆਰੇ ਪਿਆਰੇ। ਮਹਾਰਾਜ ਜੀ ਸਾਹਿਬ ਪੁਰੇ ਦਿੱਲੀ ਸੰਤ ਬਹਾਦਰ ਸਿੰਘ ਹੋਰਾਂ ਦੇ ਘਰ ਜਲ ਵਰਤ ਕੇ ਮਹਾਰਾਜ ਜੀ ਆਏ, ਚਰਨ ਸਾਫ ਕਰ ਰਹੇ ਤੌਲੀਏ ਨਾਲ। ਸੰਤ ਮੁਨਸ਼ਾ ਸਿੰਘ ਹੋਰੀ ਭਗਵਾਨ ਜੀ ਮਹਾਰਾਜ ਦੇ ਵੱਡੇ ਵੱਡੇ ਸਾਧ, ਇਹਨਾਂ ਵੱਲ ਵੇਖ ਕੇ ਮਹਾਰਾਜ ਜੀ ਆਉਂਦੇ ਨੇ, ਤੁਹਾਨੂੰ ਮੈਂ ਕੌਣ ਜਾਪਣਾ ਵਾ? ਤੇ ਮਹਾਰਾਜ ਦਾ ਬਚਨ ਹੁੰਦਾ ਸੀ ਨਾ ਕਿ ਮੈਂ ਖੱਤਰੀਆਂ ਦੇ ਘਰ ਦਾ ਜਨਮ, ਉਮਰ ਮੈਨੂੰ ਜੱਟ ਦੀ ਮਿਲੀ, ਤੇ ਮੈਨੂੰ ਇੰਜ ਲੱਗਦਾ ਜਿਵੇਂ ਮੈਂ ਜੱਟ ਆ। ਤੇ ਉਸੇ ਹਿਸਾਬ ਨਾਲ ਹੀ ਸੰਤਾਂ ਗੋਤਰ ਦੇ ਤਾਂ ਮਹਾਰਾਜ ਜੀ ਤੁਸੀਂ ਜੱਟ ਜਾਪਦੇ ਹੋ। ਮਹਾਰਾਜ ਆਂਦੇ ਨਹੀਂ, ਮੈਂ ਤੁਹਾਨੂੰ ਰਾਮਗੜੀਆ ਨਹੀਂ ਜਾਪਦਾ। ਤੇ ਸਾਹਿਬ ਬਾਰਵਾਂ ਜਾਮਾ ਸੰਗਤ ਨੂੰ ਸੰਬੋਧਨ ਕਰਕੇ ਆਉਂਦੇ ਨੇ। ਇੱਕ ਥਾਂ ਤੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਲਿਖਿਆ ਵਾ, ਰਾਮ ਸਿੰਘ ਹੋਏ ਗੋ ਮੇਰੋ ਹੀ ਨਾਮਾ, ਬਾਢੀ ਸੁੱਤ ਭੈਣੀ ਕੋ ਧਾਮਾ, ਕਿ ਮੇਰਾ ਨਾਂ ਰਾਮ ਸਿੰਘ ਹੋਏਗਾ, ਤਰਖਾਣਾ ਦੇ ਘਰ ਮੇਰਾ ਜਨਮ ਹੋਏਗਾ। ਮੈਂ ਤੇ ਕਿੱਲੇ ਘੜਨ ਵਾਲਾ ਇੱਕ ਆਮ ਹੀ ਸਧਾਰਨ ਮਿਸਤਰੀ ਆ, ਪਰ ਜੇ ਸਾਹਿਬ ਦਸਵੇਂ ਪਾਤਸ਼ਾਹ ਨੇ ਮੇਰੇ ਵਾਸਤੇ ਲਿਖਿਆ ਵਾ ਏ, ਤੇ ਫਿਰ ਤੁਸੀਂ ਫਿਕਰ ਨਾ ਕਰੋ, ਮੈਂ ਤੁਹਾਡਾ ਬੇੜਾ ਬੰਨੇ ਲਾ ਦਿਆਂਗਾ। ਇੱਕ ਵਾਰੀ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ, ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ।